ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਐਸਪੀ ਨੇ ਸ਼ਰਿਆਮ ਮੁੱਖ ਮੰਤਰੀ ਦੇ ਸਿਕਿਉਰਿਟੀ ਇਨਚਾਰਜ ਤੇ ਜੜਿਆ ਥੱਪੜ ਫਿਰ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ ਵੀਡੀਓ ਵਾਇਰਲ ਹੋ ਰਹੀ ਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਥੱਪੜੋ ਥੱਪੜੀ ਵਾਲਾ ਮੰਜ਼ਰ ਦਿਖਾ ਦਿੰਦੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਸਪੀ ਨੇ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਉੱਪਰ ਜਿਹੜਾ ਇੰਚਾਰਜ ਸੀਗਾ ਉਸਦੇ ਥੱਪੜ ਮਾਰ ਦਿੱਤਾ ਤੇ ਉਸ ਤੋਂ ਬਾਅਦ ਜੋ ਹੋਇਆ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੇਂਦਰੀ ਮੰਤਰੀ ਨਿਤਨ ਗੜਕਰੀ ਦੀ ਹਿਮਾਚਲ ਪ੍ਰਦੇਸ਼ ਦੇ ਕੁਲੂ ਦੀ ਫੇਰੀ ਦੌਰਾਨ ਪੁਲਿਸ ਅਧਿਕਾਰੀ ਪੁੰਤਰ 에어ਪੋਰਟ ਦੇ ਬਾਹਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਦੂਜੇ ਨਾਲ ਬਹਿਸ ਗਏ। ਵਿਵਾਦ ਇਹਨਾਂ ਵੱਧ ਗਿਆ ਕਿ ਐਸਪੀ ਕੁਲੂ ਗੌਰਵ ਸਿੰਘ ਨੇ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਅਤੇ ਵਧੀਕ ਐਸਪੀ ਬ੍ਰਿਜ ਸੂਤ ਤੇ ਥੱਪੜ ਮਾਰ ਦਿੱਤਾ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਤਣਾਇਤ ਕਰਮਚਾਰੀਆਂ ਨੇ ਐਸਪੀ ਨੂੰ ਘੇਰ ਲਿਆ ਤੇ ਮੁੱਖ ਮੰਤਰੀ ਦੇ ਪੀਐਸਓ ਬਲਵੰਤ ਸਿੰਘ ਨੇ ਐਸਪੀ ਨੂੰ ਲੱਤਾਂ ਮਾਰੀਆਂ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਆ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਕੇਂਦਰੀ ਰੇਂਜ ਮੰਡੀ ਦੇ ਡੀਆਈਜੀ ਮਦਸੂਦਨ ਨੇ ਜਾਂਚ ਸ਼ੁਰੂ ਕੀਤੀ ਐ ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਡੀਜੀਪੀ ਸੰਜੇ ਕੁੰਡੂ ਵੀ ਕੁੱਲੂ ਤੋਂ ਸ਼ਿਮਲਾ ਲਈ ਰਵਾਨਾ ਹੋਏ ਨੇ ਬੁੱਧਵਾਰ ਦੁਪਹਿਰ 2 ਵਜੇ ਤੋਂ ਬਾਅਦ 3:30 ਵਜੇ ਨਿਤਨ ਗੜਕਰੀ 5 ਦਿਨਾਂ ਦੇ ਕੁੱਲੂ ਦੌਰੇ ਤੇ ਪਹੁੰਚੇ ਹਨ ਮੰਤਰੀ ਨੂੰ ਲੈਣ ਪਹੁੰਚੇ ਜੇ ਰਾਮ ਠਾਕਰ ਲਾਮ ਲਸ਼ਕਰ ਦੇ ਨਾਲ ਭੁੰਤਰ 에어ਪੋਰਟ ਤੇ ਪਹੁੰਚੇ ਸੂਤਰਾਂ ਅਨੁਸਾਰ ਪ੍ਰੋਟੋਕੋਲ ਦੇ ਅਨੁਸਾਰ ਗੱਡਕਰੀ ਦੇ ਵਾਹਨਾਂ ਦੇ ਕਾਫਲੇ ਵਿੱਚ ਸਿਰਫ ਮੁੱਖ ਮੰਤਰੀ ਦੀ ਗੱਡੀ ਸ਼ਾਮਲ ਕੀਤੀ ਜਾਣੀ ਸੀ ਬਾਕੀ ਵਾਹਨ ਕਾਫਲੇ ਦੇ ਮਗਰ ਰਹਿਣੇ ਸਨ ਪਰ ਵਾਹਨਾਂ ਦੇ ਕਾਫਲੇ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਐਸਪੀ ਕੁਲੂ ਅਤੇ ਐਡੀਸ਼ਨਲ ਐਸਪੀ ਸੀਐਮ ਸੁਰੱਖਿਆ ਦੇ ਵਿੱਚ ਝਗੜਾ ਹੋ ਗਿਆ ਮਾਮਲਾ ਇੰਨਾ ਵੱਧ ਗਿਆ ਜਦੋਂ ਕਾਫਲਾ ਇੱਕ ਜਗ੍ਹਾ ਨਾ ਰੁਕਿਆ ਤਾਂ ਐਸਪੀ ਨੇ ਐਡੀਸ਼ਨਲ ਐਸਪੀ ਦੇ ਵਿਚਾਲੇ ਝਗੜਾ ਹੋ ਗਿਆ ਵੈਸਤ ਦੇ ਦੌਰਾਨ ਐਸਪੀ ਨੇ ਐਡੀਸ਼ਨਲ ਐਸਪੀ ਦੇ ਥੱਪੜ ਜੜ ਦਿੱਤਾ ਜਦੋਂ ਇੰਚਾਰਜ ਨੂੰ ਥੱਪੜ ਮਾਰਿਆ ਗਿਆ ਤਾਂ ਸੀਐਮ ਸਿਕਿਉਰਿਟੀ ਦੇ ਇੰਚਾਰਜ ਦੇ ਕਰਮਚਾਰੀ ਗੁੱਸੇ ਵਿੱਚ ਆ ਗਏ ਉਸ ਨੂੰ ਫੜ ਕੇ ਐਸਪੀ ਨੂੰ ਘੇਰਨ ਦੀ ਕੋਸ਼ਿਸ਼ ਕਰਨ ਲੱਗੇ ਜਦੋਂ ਐਸਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਦੇ ਪੀਐਸਓ ਨੇ ਬਲਵੰਤ ਪੀਐਸਓ ਬਲਵੰਤ ਸਿੰਘ ਨੇ ਗੌਰਵ ਨੂੰ ਲੱਤਾਂ ਮਾਰੀਆਂ ਇਸ ਦੌਰਾਨ ਸਥਾਨਕ ਲੋਕ ਸੜਕ ਤੇ ਬਾਹਰ ਆ ਗਏ ਸੱਪਾ ਦੇ ਹੱਕ ਵਿੱਚ ਮੁੱਖ ਮੰਤਰੀ ਦੀ ਕਾਰ ਦੇ ਅੱਗੇ ਖੜੇ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਕਾਲੀ ਵਿੱਚ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਹਟਾ ਦਿੱਤਾ ਤੇ ਮੁੱਖ ਮੰਤਰੀ ਗੱਡੀ ਤੇ ਭੇਜ ਦਿੱਤਾ ਧੰਨਵਾਦ